ਤਾਂ ਤੈਅ ਪ੍ਰੋਗਰਾਮ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਿਹੜਾ ਹੈ ਇੱਕ ਪ੍ਰਾਈਵੇਟ ਪੈਲਸ ਦੇ ਵਿੱਚ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਡੀ ਨਾਲ ਜਰਨੈਲ ਸਿੰਘ ਜਿਹੜੇ ਇੰਚਾਰਜ ਨੇ ਔਰ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਗੱਡੀ ਉਹਨਾਂ ਦੀ ਜਾ ਰਹੀ ਹੈ, ਬੈਕ ਸਟੇਜ ਤੋਂ ਗੱਡੀ ਜਿਹੜੀ ਹੈ ਉਹ ਜਾਏਗੀ ਔਰ ਲਾਂਡਰਾ ਬਨੂੜ ਰੋਡ ਦੇ ਉੱਪਰ ਜਿਹੜਾ ਸਥਿਤ ਹੈ ਇਹ ਪੈਲਸ, ਤਾਂ ਅਰਵਿੰਦ ਕੇਜਰੀਵਾਲ ਦਾ ਕਾਫਲਾ ਇੱਥੇ ਪਹੁੰਚ ਚੁੱਕੇ ਆ ਔਰ ਇੱਥੇ ਜਿਹੜੀ ਹੈ ਉਹ ਵਲੰਟੀਅਰਸ ਦੇ ਨਾਲ ਇੱਥੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਹੋਣੀ ਹੈ। ਪਰ ਇੱਥੇ ਅੰਦਰ ਜਿਹੜਾ ਹੈ ਉਹ ਮੀਡੀਆ ਨੂੰ ਅਲਾਓ ਨਹੀਂ ਕੀਤਾ ਗਿਆ, ਇਸ ਲਈ ਅਸੀਂ ਬਾਹਰ ਖੜੇ ਹਾਂ। ਮੀਡੀਆ ਦੀ ਐਂਟਰੀ ਅੰਦਰ ਬੈਨ ਕੀਤੀ ਗਈ ਹੈ ਔਰ ਆਪਣੇ ਇੱਕ ਤਰੀਕੇ ਦੇ ਨਾਲ ਜਿਹੜੀ ਆ ਕਹਿ ਸਕਦੇ ਹਾਂ ਕਿ ਇੱਕ ਪਰਸਨਲ ਮੀਟਿੰਗ ਆ ਜਿਹੜੀ ਆਪਦੀ ਪਾਰਟੀ ਦੇ ਵਰਕਰਾਂ ਦੀ ਉਹ ਕੀਤੀ ਜਾਣੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਭ ਤੋਂ ਪਹਿਲਾਂ ਏਅਰਪੋਰਟ ਤੇ ਲੈਂਡ ਕੀਤੇ ਸੀ, ਉਸ ਤੋਂ ਬਾਅਦ ਸਿੱਧਾ ਗਏ ਸੀਗੇ ਐਜੂਕੇਸ਼ਨ ਬੋਰਡ ਮੋਹਾਲੀ, ਜਿੱਥੇ ਉਹਨਾਂ ਨੇ ਕੱਚੇ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਔਰ ਉਸ ਮੁਲਾਕਾਤ ਤੋਂ ਬਾਅਦ ਉਹ ਗੁਰਦੁਆਰਾ ਸੁਹਾਣਾ ਸਿੰਘਾਂ ਸ਼ਹੀਦਾਂ ਦੇ ਜਿਹੜੀ ਨਾਲ ਪਾਣੀ ਵਾਲੀ ਟੈਂਕੀ ਆ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ ਜਿਹੜੇ ਟੈਂਕੀ ਦੇ ਉੱਪਰ ਕੱਚੇ ਅਧਿਆਪਕ ਚੜ੍ਹੇ ਹੋਏ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਥੱਲਿਓਂ ਖੜ ਕੇ ਉਹਨਾਂ ਨੇ ਕਿਹਾ, ਭਰੋਸਾ ਦਵਾਇਆ ਉਹਨਾਂ ਨੂੰ ਕਿ ਜੇਕਰ ਆਮ ਆਦਮੀ ਪਾਰਟੀ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਸਾਰਿਆਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀ ਜਾਣਗੀਆਂ ਔਰ ਉਹਨਾਂ ਨੇ ਕਿਹਾ ਕਿ ਉਹ ਆਪਣਾ ਓਨੀ ਦੇਰ ਤੱਕ ਪ੍ਰੋਟੈਸਟ ਨਾ ਕਰਨ, ਉਹ ਟੈਂਕੀ ਤੋਂ ਥੱਲੇ ਉਤਰਾਉਣ। ਉਸ ਤੋਂ ਬਾਅਦ ਜਿਹੜਾ ਅੱਜ ਦਾ ਤੀਸਰਾ ਪ੍ਰੋਗਰਾਮ ਸੀ ਜਿਸ ਦੇ ਤਹਿਤ ਅੱਜ ਬਨੂੜ ਲਾਂਡਾ ਰੋਡ ਦੇ ਉੱਪਰ ਇੱਕ ਪੈਲਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਤਮਾਮ ਸੀਨੀਅਰ ਲੀਡਰਸ਼ਿਪ ਆ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੀ ਔਰ ਹੁਣ ਤੋਂ ਥੋੜ੍ਹੀ ਦੇਰ ਬਾਅਦ ਅਰਵਿੰਦ ਕੇਜਰੀਵਾਲ ਉਹਨਾਂ ਦੇ ਰੂਬਰੂ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਪਰ ਮੀਡੀਆ ਨੂੰ ਫਿਲਹਾਲ ਅੰਦਰ ਜਾਣ ਤੋਂ ਰੋਕਿਆ ਗਿਆ ਹੈ, ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।